इधर तो हो गया धक्का संदीप पार्सल घुलन डी आवाज दवा आवाज आला आला आवाज रोज देना 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 आला आवाज संदीप ना ओहो आवाज ए मार सेंटर च रख सेंटर च आवाज मार हाँ हाँ वे हूँ सौखा नहीं डब्बे आ गए नहीं नहीं फिरोजी थोड़ी मंगाया यही कलर मंगाया ही कलर यही मैनू पता है मेरे पुत ने की लेना सी मेरे शने ने की लेना सी ये की मेकअप किटी है ना जिदा ओपन कर एदी अनबॉक्सिंग कर दें हाँ हाँ ला कुछ ही पता कुछ इधर आ कद वेखन डी इधर वे ये भावें जो खाने वाली चीज़ आ गई होंगी आ कि वधिया अच्छा होर खोलने हेठले डब्बे भी हेठाने डब्बे खोलना कदा खुलते अच्छा हुक्का लगियां ने अच्छा अच्छा वधिया हो यार वैसे है ना संदीप ठीक निकलिया है ना मैं अच्छा सिंगल करना तो अच्छा आ उदा ही मतलब बिच प्लेटा ही फसिया गए वह भी रख सकते कट सकते हैं ठीक है काम भी एवं कदी हूं घूम दी कदी हूं ये किन्ने का है बड़ा 328 रुपए का आया बुक्स जिहड़ा मिशो ऐप तो मंगवाया तो 328 रुपये का है तो आप स्पैशली रेट दसते हैं इस करके भी हूँ कई मन की रीझ हूँ भी आप मंगवा वे कि वा सू रेट तो दसो कई कमेंट आते हूँ कई जने कहते तो रेट ही क्यों दसते जी यार रेट तो अं ता करके दसते हैं नहीं तो आप ना दसया करा है ना अं तो चाहते हैं भी चलो यार दस दिए फिर क्या यार रबड़ बैंड वेखो कि अपने को वो स्टॉक पिया एक आंटी छोटा पैगा मन लगता रबड़ बैंड ज्यादा हाँ कट सकते हो तो कोई दिक्कत नहीं है ये बॉक्स बने हुए यार छोटे छोटे तो ये आ की करी जाती है आ करन दी अजय नु आ पता एनु आ तू एनु आ मेरा पुत तो इत खेड आ डब्बू आओ आ जेला मैनू मारदा ना फिर पापा नु मारदा ना तू गंदा आ हाँ पापा नु मारदा ना तू गंदा आई नी मैनू मारदा आई नी मैनू मारदा आई नी मैनू मार ईयरिंग पाते अड़े चूड़ियां कच पौनियां चूड़ियां ये रख ला कि इतने रख ला साइड अच्छा अच्छा चल वेख ली वेला मैनू वेला फिर मैं आ कि जोर ना मैं कुटन डी है लत्तां मारन डी है किदा एक लत्तां लत्तां मारन डी तू हूँ मैं मारदा ना तू मैं मारदा ना खलिया यार तू गंदा मैं बार दा तू गंदा आ तेरी पली हो जे हुए आ गया समान पूरा लै रो बैन हूँ चलाई जानी
ਜਿੱਥੇ ਆਉਣੇ ਸਾਰੇ ਵੇਖੀ ਦੱਬੜ ਕੇ ਤੇਰੇ ਕਿਤੇ ਡਿੱਗ ਪਿਆ ਕਰਨੇ ਸਾਰੇ ਰਬੜ ਮੈਨ। ਹੋਰ ਆ ਜਾਣਗੇ ਸਾਰੇ ਕੀ ਆ ਵੀ ਦੂਜਾ ਖਾਨਾ ਭਰਤਾ ਤੂੰ ਲੈ ਵੀ ਮੇਕਅਪ ਵੀ ਜਿਹੜਾ ਵੀ ਲਾ ਲਿਆ ਤੈ ਮਿੰਟ ਇਹ ਕਰਨ ਡੀ ਆ ਇਹ ਕੱਚ ਬੈਠੀ ਇਹ ਗੱਤੇ 'ਚ ਬੈਠੀ ਖੁੱਲਿਆ ਯਾਰ ਗੱਡਾ ਲਾਰਨਾ ਅੱਜ ਪਛਾਣ ਕਿੰਨੀ ਖੁਸ਼ੀ ਵਿੱਚ ਬਹਿ ਕੇ ਵੇ ਆਪਣਾ ਸੂਟ ਵੇਖਣ ਡੀ ਮੇਰਾ ਸੂਟ ਨਵਾਂ ਲੱਗਾ ਪੈਣ ਆ ਤੇਰਾ ਹੀ ਸਿਉਣਿਆ ਮਹਿੰਦੀ ਵੇ ਕਤਾਈ ਅੱਜ ਹਰਗਨ ਨੂੰ ਪਾਵਾਂਗੇ ਨਵਾਂ ਸੂਟ ਆਵਲ ਆਵਲਾ ਸੁਨੀਲ ਕਹਿੰਦੀ ਪਿੰਕ ਆਵਲਾ ਆ ਵੇਖਿਓ ਚਲੋ ਆ ਪਾਉਂਦੇ ਪਹਿਲਾਂ ਇਹ ਡਿੱਗ ਨਾ ਭਾਈ ਮੇਲਾ ਕਿੱਥੇ ਚੜ ਗਈ ਆ ਕੁੜੀ ਏ ਲੈ ਵੀ ਮੇਰਾ ਪੁੱਤ ਤਿਆਰ ਹੋ ਗਿਆ ਸੋਹਣਾ ਹਰਗੁਣ ਆ ਵੇਲਾ ਇੱਧਰ ਨੂੰ ਇੱਧਰ ਨੂੰ ਕਰ ਐ ਨੂੰ ਇੱਧਰ ਵੇ ਹੈ ਸੋਹਣਾ ਕਾਕਾ ਪੂਰਾ ਆਇਆ ਸੂਟ ਹੈ ਨਾ ਹਾਂ ਚੱਲ ਗਾ ਯਾਰ ਛੇਤੀ ਕਰ ਜੇ ਜਾਣਾ ਤੇ ਜਲਦੀ ਕਰੋ ਹੈ ਉਹ ਸ਼ਾਵਰ ਨਹੀਂ ਲੈ ਕੇ ਆਏ ਉਦੋਂ ਇੱਕ ਵਾਰੀ ਨਹੀਂ ਪਾਈਆਂ ਮੇਰੇ ਸੁਣਾਏ ਹਨਾ ਵਿੱਚ ਹੀ ਉਹ ਵੇ ਉਹ ਮੁੱਦੀ ਪਈ ਉਹ ਵਿੱਚ ਡੱਬੇ 'ਚ ਆ ਐਵੇਂ ਘੁੰਮੀ ਜਾਂਦੀ ਸਾਰੇ ਬੈੱਡ ਤੇ ਹਰਗੁਣ ਹੈ ਦੱਸ ਲੈਣੇ ਮੈਨੂੰ ਕੀ ਲੋੜ ਪਈ ਬਹੁਤ ਲੁਕਾਉਂਦੀ ਝੂਠ ਨਹੀਂ ਬੋਲਣਾ ਮੈਂ ਨਹੀਂ ਬਹੁਤ ਲੁਕਾਈ ਵੇਲਾ ਇੱਥੇ ਪਈ ਕਿਤੇ ਇਹਨੂੰ ਸਿਧਾ ਹੋ ਗਿਆ ਜਿਉਂਦਾ ਡੱਬਾ ਜਿਹਾ ਬਸ ਆ ਕੇ ਗਿਆ ਪਾਰਸਲ ਅਤੇ ਉਹ ਕਦੀ ਸਮਾਨ ਇੱਧਰ ਦਾ ਇੱਧਰ ਸਾਂਭਦੀ ਕਦੀ ਕੁਛ ਇਹ ਕੰਮ ਆਪਾਂ ਅਲਮਾਰੀ ਡੇ ਫੁੱਲ ਉੱਥੇ ਗਿਫਟ ਨਾਲ ਖੁੱਟ ਗਿਆ ਦੇਖ ਇਹਦੇ ਕੱਪੜਿਆਂ ਨਾਲ ਮੈਚਿੰਗ ਹੋ ਗਈ ਆਹ ਜਿਹੜਾ ਭੱਜ ਗਈ ਆ ਲੱਭ ਗਈ ਕਿ ਨਹੀਂ ਨਹੀਂ ਮੈਂ ਆਇਆ ਸੀਗਾ ਪਕੌੜੇ ਲੈਣ ਵਾਸਤੇ ਕੰਡੇ ਨੂੰ ਵੇਖ ਲਓ ਕਿੰਨੀ ਦੁਕਾਨ ਪੁਰਾਣੀ ਹੋ ਗਈ ਕੰਡੇ ਨੂੰ ਵੇਖ ਲਓ ਕੰਨਾਂ ਨੂੰ ਮਾਲ ਚੜ ਗਿਆ ਜੀ ਲੈ ਵੀ ਅੱਜ ਇਹਨਾਂ ਨੂੰ ਇੱਕੋ ਜਿਹੀਆਂ ਪਾਈਆਂ ਕਿਆ ਹੀ ਬਾਤ ਹੈ ਯਾਰ ਸਾਨੂੰ ਨਹੀਂ ਲੱਭਦੀਆਂ ਇੱਕੋ ਜਿਹੀਆਂ ਤੁਹਾਨੂੰ ਮਿਲ ਜਾਂਦੀਆਂ ਐਂ ਇੱਕੋ ਜਿਹੀਆਂ ਅੱਛਾ ਤਾਂ ਅਸੀਂ ਅਸੀਂ ਨੀ ਬੀਬੇ ਗੱਡੀ ਚਲਾ ਕੇ ਕੱਪੜੇ ਇੱਕੋ ਜਿਹੇ ਪਾਏ ਆ ਪਹਿਲਾਂ ਵੀ ਇੱਕ ਵਾਰੀ ਪਾਏ ਹੋ ਪਰ ਕਿਰਨ ਦੀਦੀ ਹੋਣਾਂ ਦੀਆਂ ਟੀ-ਸ਼ਰਟਾਂ ਆਈਆਂ ਅੱਜ ਇਹ ਪਾਈਆਂ ਹੋਈਆਂ ਆਪਣੀਆਂ ਠੀਕ ਆ ਮਰ ਲਈਆਂ ਆਪਣੀਆਂ ਤੇ ਕਿਵੇਂ ਲੱਗ ਰਹੇ ਆ ਤੇ ਕਮੈਂਟ ਕਰਕੇ ਜ਼ਰੂਰ ਦੱਸਿਓ ਬਈ ਇਹ ਉਦਾਂ ਹੈ ਵੀ ਮੇਰੇ ਵਾਲਾ ਥੋੜਾ ਕਲਰ ਜਿਹੜਾ ਥੋੜਾ ਜਿਹਾ ਲਾਈਟ ਆ ਹਨਾ ਪਰ ਫਿਰ ਵੀ ਵਧੀਆ ਹੁਣ ਇੱਕ ਡਰੈਸ ਜਿਹੜੀ ਆ ਹੋਰ ਸੇਮ ਲਵਾਂਗਾ ਦੋ ਹੋ ਜਾਣਗੀਆਂ ਨਾ ਨਹੀਂ ਤੁਸੀਂ ਆਖਣਾ ਇੱਕੋ ਦਾ ਮੱਚ ਮਾਰਤਾ ਇਹਨਾਂ ਨੇ ਹਨਾ ਮੋਸਟਲੀ ਸਾਨੂੰ ਬੜਾ ਕਹਿੰਦੇ ਰੈਡੀ ਹੋਏ ਸੀਗੇ ਮਿੰਨੀ ਗੋਆ ਜਾਣ ਵਾਸਤੇ ਠੀਕ ਹੈ ਅਤੇ ਜੇ ਟਾਈਮ ਨਾਲ ਪਹੁੰਚ ਗਏ ਠੀਕ ਹੈ ਨਹੀਂ ਤਾਂ ਫਿਰ ਜੇ ਘਰੋਂ ਟਾਈਮ ਨਾਲ ਤੁਰ ਪਏ ਸੋਰੀ ਜੇ ਘਰੋਂ ਟਾਈਮ ਨਾਲ ਤੁਰ ਪਏ ਤਾਂ ਫਿਰ ਦੇਖਦੇ ਹਾਂ ਵੀ ਉੱਧਰ ਨੂੰ ਜਾਵਾਂਗੇ ਜੇ ਨਹੀਂ ਤਾਂ ਫਿਰ ਥੋੜ੍ਹਾ ਜਿਹਾ ਕੈਂਸਲ ਕਰਕੇ ਕਿਸੇ ਹੋਰ ਬੰਨੇ ਦੇਖ ਲਵਾਂਗੇ ਕਿਉਂਕਿ ਘਰੇ ਗੈਸਟ ਵੀ ਆਏ ਫਿਰ ਚਾਹ ਚੂਹ ਬਣਾ ਕੇ ਦਿੱਤੀ ਸੰਦੀਪ ਨੇ ਚੂਹ ਨਹੀਂ ਇਕੱਲੀ ਚਾਹ ਚਲੋ 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 ਉੱਠੋ ਉੱਠੋ ਕਿਰਨ ਵੇ ਕਿੱਦਾਂ ਨਹੀਂ ਦੂਹ ਦੂ ਕਿਰਨ ਉੱਥੇ ਕਰਦੀ ਨਹੀਂ ਹੈ ਬਹਿ ਕੇ ਪਾਣੀ ਦੇ ਲਾਗੇ ਬਹਿ ਕਰਦੀ ਨਹੀਂ ਆ ਖਰਾਬ ਨਾ ਹੋਵੇ ਤੇ ਆਹ ਤੁਸੀਂ ਲੈ ਲੈਣਾ ਫੋਨ ਟੰਗਣ ਵਾਲਾ ਜਿਹੜਾ ਇਹਨੂੰ ਏਸੀ ਦੇ ਸਾਹਮਣੇ ਲਾ ਲੈਣਾ ਤੇ ਬੋਤਲ 'ਚ ਜਾਂ ਲਿਫਾਫੇ 'ਚ ਪਾ ਸਕਦੇ ਤੁਸੀਂ ਦੁੱਧ ਤੇ ਇੱਦਾਂ ਠੰਡਾ ਰਹੂਗਾ ਵੇਖੋ ਅਸੀਂ ਇਹਨੂੰ ਪ੍ਰੋਪਰ ਟੰਗਿਆ ਵੇਖੋ ਇੱਦਾਂ ਇਹਦੇ ਨਾਲ ਕੀ ਹੈ ਦੁੱਧ ਜਿਹੜਾ ਨਹੀਂ ਖਰਾਬ ਨਹੀਂ ਹੋਊਗਾ ਵੀ ਤੇ ਮੰਨਦੇ ਅਸੀਂ ਜਦੋਂ ਇੱਥੋਂ ਬਟਾਲਿਓ ਤੁਰੇ ਸੀਗੇ ਤੇ ਹਿਮਾਚਲ ਗਏ ਤੇ ਉੱਥੇ ਜਾ ਕੇ ਹਿਮਾਚਲ ਜਾ ਕੇ ਚਾਹ ਬਣਾਈ ਉਸ ਦੁੱਧ ਦੀ ਅਸੀਂ ਤੇ ਦੁੱਧ ਖਰਾਬ ਨਹੀਂ ਹੋਇਆ ਵੀ ਲੈ ਵੀ ਸੱਜਣਾ ਭਾਅ ਜੀ ਕਹਿੰਦੇ ਫੋਨ ਲਗਾਓ ਚਾਰਜਰ ਕਿੱਥੇ ਪਹੁੰਚ ਗਿਆ ਆਪਾਂ ਭਲਾ ਧਾਰੀਵਾਲ ਬਾਈਪਾਸ ਧਾਰੀਵਾਲ ਦੇ ਐਂਟਰ ਹੋਣਾ ਜੇ ਹਨਾ ਹੈਂ ਲੈ ਵੀ ਗਾੜੀ ਲਿਖਿਆ ਆ ਵੈਲਕਮ ਟੂ ਪਠਾਨਕੋਟ ਵਾਹ ਜੀ ਵਾਹ ਇਹਦਾ ਮਤਲਬ ਆਪਾਂ ਪਠਾਨਕੋਟ ਫਿਰ ਪਹੁੰਚ ਗਏ ਹਾਂ ਐਂਟਰੀ ਹੋਣ ਲਈ ਐਂਟਰੀ ਇਹਨਾਂ ਐਂਟਰੀ ਲਗਣਾ ਚਾਹੀਦਾ ਇਹਨਾਂ ਵੈਲਕਮ ਕੋ ਲਿਖਿਆ ਫਿਰ ਇਹਨਾਂ ਮਤਲਬ ਸਵਾਗਤ ਕਰਦੇ ਆ ਲੋਕੇਸ਼ਨ ਚੈੱਕ ਕਰੋ ਕਿੰਨੇ ਰੁੱਖ ਲੱਗੇ ਆ ਇੱਦਾਂ ਕਿਤੇ ਹਨਾ ਆਪਣੇ ਉੱਧਰ ਬਟਾਲੇ ਸ਼ਹਿਰ ਵੱਲ ਜਾਂ ਇੱਧਰ ਉੱਧਰ ਲੱਗੇ ਹੋਣ ਦਾ ਅਤੇ ਗਰਮੀ ਥੋੜ੍ਹੀ ਘੱਟ ਜੇ
turn right. ਦਾ ਨਾਲ ਨਾਲ ਇਧਰ ਲਾਈਨ ਚੱਲਦੀ ਹੈ, ਇਧਰ ਨਾਲ ਨਾਲ ਜਿਹੜੀ ਨਹੀਂ ਲਾਈਨ ਹੈ ਮੈਨੂੰ ਲੱਗਦਾ ਪਟਰੀ। ਲੈ ਵੇ ਪਹਾੜੀ ਇਲਾਕਾ ਹੋ ਗਿਆ ਸ਼ੁਰੂ, ਤੇ ਸਿਰ ਨੂੰ ਹੁਣ ਵੇਖੇ ਕਿਦਾਂ ਭੌਂ ਚੜਦੇ। ਚੜਾਈ ਆ ਗਈ, ਚੜਾਈ ਚੜੀ ਜਾਂਦੇ ਆਪਾਂ। ਹੈ ਇੱਥੇ ਰੁਕੇ ਸੀ ਇੱਕ ਵਾਰੀ, ਪਤਾ ਨਹੀਂ ਇੱਥੇ ਰੁਕੇ ਸੀ ਆਹ ਦੁਕਾਨਾਂ ਤੋਂ ਦੱਸ ਆਖਿਆ ਪਖਣੀ ਵੈਜ ਸਮਾਨ ਮਿਲਦਾ, ਪਰ ਨਹੀਂ ਇੱਥੇ ਨੋਨ ਵੈਜ ਹੀਗਾ ਹਨਾ। ਮੋੜ ਘੋੜ ਹੈ ਉਦਾਂ ਹੀ ਹੈ ਵੀ ਵੇਲੋ ਪਹਾੜੀ ਇਲਾਕੇ ਆਈਏ ਤੇ ਲੋਕੇਸ਼ਨ ਦਾ ਪਤਾ ਲੱਗਦਾ ਕਨੇ। ਪਰ ਇੱਧਰ ਪਹਾੜੀ ਇਲਾਕੇ 'ਚ ਬਸ ਥੋੜ੍ਹਾ ਟਾਈਮ ਭਾਜੀ ਦਿਲ ਕਰਦਾ ਵਾ ਘੁੰਮਣ ਨੂੰ, ਬਸ ਮੁੜਕੇ ਨੇ ਮੁੜਕੇ ਉਹ ਤਰ੍ਹਾਂ ਦਾ ਲੱਗੀ ਜਾਂਦਾ ਯਾਰ। ਜਾਈ ਜਾਂਦੇ ਬਸ ਲੈ ਵੇ ਇੱਥੇ ਆਪਾਂ ਰੁਕੇ ਹਾਂ, ਇੱਥੇ ਹੁਣ ਡੈਮ ਦੇਖਦੇ ਹਾਂ। ਡੈਮ 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 ਤੁਹਾਨੂੰ ਡੈਮ ਦੀ ਲੋਕੇਸ਼ਨ ਦਿਖਾ ਦਈਏ, ਤੁਸੀਂ ਆਖਣਾ ਕਿਆ ਹੀ ਬਾਤ ਆਦੀ ਵੀਰੇ, ਮੈਂ ਤਾਂ ਫਸਟ ਟਾਈਮ ਵੇਖਿਆ, ਝੂਠ ਨਹੀਂ ਬੋਲਦਾ। ਕਰੋ ਚੈੱਕ ਜਰਾ ਡੈਮ ਆ ਜੇ ਵੇਲੋ ਕਿੱਡਾ ਪਿਆਰਾ ਜਿਹਾ ਹੈ ਭਾਜੀ। ਭਾਜੀ ਉਹ ਬ੍ਰਿਜ 'ਤੇ ਵੀ ਯਾਰ ਜਾਣਾ ਚਾਹੀਦਾ, ਉਹ ਵੇਖੋ ਜਿਹੜਾ ਮੈਨੂੰ ਲੱਗਦਾ ਉੱਧਰੋਂ ਦਿਖਣੀ ਜਾਣਾ ਆਪਾਂ ਹੈਨਾ। ਪਾਣੀ ਚੈੱਕ ਕਰੋ ਪਾਣੀ, ਆਹ ਬ੍ਰਿਜ ਵੇਖੋ ਬਣਿਆ ਜਿਹੜਾ ਭਾਜੀ, ਉਹਦਾ ਵਾਇਆ ਚੰਗਾ ਤਕੜਾ ਹੈ ਨਾ ਬ੍ਰਿਜ ਦਾ। ਅਤੇ ਗਾੜੀ ਡੈਮ ਪਾਣੀ ਦਾ ਬਹਾਵ ਵੀ ਵੈਸੇ ਕਾਫੀ ਜ਼ਿਆਦਾ ਤੇਜ਼ ਆ ਵੀ, ਆਹ ਦੇਖੋ ਕਿੰਨਾ ਜ਼ਿਆਦਾ ਤੇਜ਼ ਪਾਣੀ, ਦੇਖੋ ਕਿੰਨਾ ਪਿਆਰਾ ਲੱਗ ਰਿਹਾ। ਆਪਾਂ ਰੁਕੇ ਵੈਸੇ ਇੱਥੇ ਇੱਕ ਦੋ ਮਿੰਟ ਲਈ, ਕਿਉਂਕਿ ਆਪਣਾ ਕਹਿੰਦੇ ਆ ਪੁਲਿਸ ਵੀਰ, ਪੁਲਿਸ ਵਾਲਾ ਮੁਲਾਜ਼ਮ ਵੀਰ ਟੱਕਰਿਆ ਸੀਗਾ ਇੱਕ, ਕਹਿੰਦੇ ਆ ਵੀ ਵੀਰੇ ਖਤਰਾ ਆ ਉੱਤੋਂ, ਮਤਲਬ ਪਹਾੜ ਦੇ ਉੱਤੇ ਜਿਹੜੇ ਪੱਥਰ ਪੁੱਥਰ ਉਹ ਡਿੱਗ ਪੈਂਦੇ ਨੇ, ਅਤੇ ਜ਼ਿਆਦਾ ਟਾਈਮ ਨਾ ਰੁਕੇ, ਇੱਕ ਦੋ ਮਿੰਟ ਰੁਕੇ ਅਤੇ ਚਲੇ ਜਾਏ। ਮੈਂ ਕਿਹਾ ਠੀਕ ਹੈ, ਅਤੇ ਆਪਾਂ ਪੂਰਾ ਦੋ ਮਿੰਟ ਰੁਕੇ, ਬਸ ਫੋਟੋਆਂ ਥੋੜ੍ਹੀਆਂ ਕਲਿੱਕ ਕੀਤੀਆਂ ਅਤੇ ਇੱਕ ਦੋ ਰੀਲ ਬਣਾਈ ਅਤੇ ਹੁਣ ਚੱਲੇ ਆ, ਕਿਉਂਕਿ ਸਮੇਂ ਦਾ ਕੋਈ ਪਤਾ ਨਹੀਂ ਹੁੰਦਾ ਵੀ ਅਜੇ ਨਵੀਂ ਨਵੀਂ ਗੱਡੀ ਆ ਸਾਹਿਬ ਜੀ। ਅੱਛਾ ਅੱਗੇ ਨਹੀਂ, ਕੋਈ ਨਹੀਂ ਇੱਧਰ ਨੂੰ ਵੱਟ ਲਾਂਗੇ ਗੱਡੀ। ਨਹੀਂ ਨਹੀਂ ਗੇਟ ਨਹੀਂ ਖੁੱਲ੍ਹਦਾ ਪੂਰਾ। ਅੱਛਾ 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 ਅੱਛਾ, ਚੱਲੀਏ ਡੈਮ ਤੇ ਹੁਣ ਬਿਲਕੁਲ ਹੀ ਬੰਦ ਕੀਤਾ ਵਾ ਤੇ ਪਾਣੀ ਹੈ ਨਾ। ਹਾਂ ਨਹੀਂ ਹੁਣ ਪਾਣੀ ਘਟ ਗਿਆ ਨਾ, ਜਦੋਂ ਸੁਣੀ ਪਾਣੀ ਜ਼ਿਆਦਾ ਆਉਂਦਾ ਉਦੋਂ ਡੈਮ ਖੋਲ੍ਹਦੇ ਆ ਨਾ। ਹਾਂ ਲੈ ਲੈ ਲੈ, ਇੱਥੇ ਆਉਣਾ ਸੀ ਆਪਾਂ ਮਿੰਨੀ ਗੋਆ, ਉੱਥੇ ਆਪਾਂ ਪਹੁੰਚ ਗਏ ਹਾਂ ਅਤੇ ਗਾੜੀ ਫਿਲਹਾਲ ਆਪਾਂ ਇੱਥੇ ਤਾਂ ਰੁਕੇ ਹੋਏ, ਉਹ ਟਰੱਕ ਲੱਗਾ ਹੋਇਆ ਗਾੜੀ, ਅਤੇ ਉਹ ਬਾਈ ਨੇ ਕਿਹਾ ਦੋ ਮਿੰਟ ਰੁਕੋ, ਮੈਂ ਕਿਹਾ ਚਲੋ ਕੋਈ ਦਿੱਕਤ ਵਾਲੀ ਗੱਲ ਨਹੀਂ ਰੁਕ ਜਾਂਦੇ ਹਾਂ। ਬੱਲੇ ਬੱਲੇ ਆ, ਅਤੇ ਪਾਣੀ ਬੜਾ ਚੜਿਆ, ਨਹੀਂ ਤਾਂ ਇੱਥੇ ਇੱਥੇ ਤੱਕ ਪਾਣੀ ਨਹੀਂ ਹੁੰਦਾ ਸੀ, ਪਾਣੀ ਦੇ ਬਹੁਤ ਪਿਛਾਂ ਤੱਕ ਹੁੰਦਾ ਹੁੰਦਾ, ਪਿੱਛੇ ਹੁੰਦਾ ਹੁੰਦਾ ਜੀ, ਆਹ ਤਾਂ ਪਾਣੀ ਬਹੁਤ ਆ, ਅਤੇ ਪਾਣੀ ਨੇ ਵਾਕਿਆ ਬੜਾ ਨਿਹਾਲ ਕੀਤਾ ਆ। ਸੰਦੀਪ ਇੱਥੇ ਕਿੱਥੇ ਪਾਣੀ ਹੁੰਦਾ ਸੀ, ਪਾਣੀ ਬਹੁਤ ਜ਼ਿਆਦਾ ਅਤੇ ਇਹ ਤਾਂ ਸੁੱਕਾ ਹੁੰਦਾ ਸੀ ਸਾਰਾ, ਇਹਦੇ ਬਹੁਤ ਪਾਣੀ, ਆਹ ਰਸਤਾ ਹੁੰਦਾ ਹਿਸਾਬ ਲੜਾ, ਇੱਦਾਂ ਕਰਕੇ ਨਾ ਗੱਡੀਆਂ ਜਾਂਦੀਆਂ ਸੀ ਇੱਥੋਂ, ਉਹ ਵੱਖ ਰਸਤਾ ਗਾੜੀ, ਇੱਥੋਂ ਰਸਤਾ ਸੀਗਾ ਸਿੱਧਾ ਆਉਣ ਜਾਣ ਵਾਸਤੇ, ਇਹ ਬਾਰਿਸ਼ ਪੈਣ ਕਰਕੇ ਸਾਰਾ ਪਾਣੀ ਜ਼ਿਆਦਾ ਆ ਗਿਆ ਵਾ। ਆਹ ਮੈਂ ਉੱਧਰ ਫੋਟੋਆਂ ਫਾਟਾਂ ਖਿੱਚ ਲੈਂਦੇ ਹਾਂ, ਤਾਂ ਬੋਟਿੰਗ ਬਾਟਿੰਗ ਤਾਂ ਹੁੰਦੀ ਨਹੀਂ ਮੇਰੇ ਹਿਸਾਬ ਨਾਲ, ਦੇਖ ਲੈਂਦੇ ਹਾਂ। ਭਾਈ ਜੀ ਨੇ ਚੁੱਕਿਆ ਗੁੱਡੀਆਂ ਨੂੰ, ਭਾਈ ਜੀ ਨੇ ਚੁੱਕਿਆ ਮੇਰੀ ਰਾਣੀ ਨੂੰ, ਇਹ ਮੇਰੀ ਰਾਣੀ ਹੈ, ਪੂਰਾ ਨਾਂ ਕੀ ਭਲਾ, ਗੁੱਡੀਆ ਰਾਣੀ, ਇਹ ਬੜੀ ਸਿਆਣੀ, ਨਹੀਂ ਸਿਆਣੀ ਨਹੀਂ ਹੈ ਤੇਜ਼। ਮੈਂ ਨਾ ਉਹ ਭਾਪਾ ਜਿੱਦਾਂ ਤਾਂ ਮੁਖੀ ਨੇ, ਮੈਂ ਉਹਨਾਂ ਨੂੰ ਪੁੱਛਿਆ ਵੀ ਪਾਣੀ ਕਿੱਥੇ ਕਿੱਥੇ ਤੱਕ, ਕਹਿੰਦੇ ਪਾਣੀ ਤਾਂ ਉਹ ਉੱਥੇ ਉੱਥੇ ਤੱਕ ਚੜ ਗਿਆ ਜੀ, ਉਹ ਪੱਥਰ ਤੁਹਾਨੂੰ ਦੱਸਦਾ ਹੈ, ਉਹ ਦਿਸਦਾ ਪੱਥਰ ਜੀ, ਉੱਥੋਂ ਉੱਥੇ ਤੱਕ ਪਾਣੀ ਚੜਿਆ ਜੀ, ਭਾਅ ਜੀ ਕਹਿੰਦੇ ਉੱਥੋਂ ਉੱਥੇ ਤੱਕ ਪਾਣੀ ਚੜ ਗਿਆ ਸੀ, ਇਹ ਬਿਲਕੁਲ ਹੀ ਬੰਦ ਕੀਤਾ ਇੱਥੇ ਨਹਾਉਣ, ਜਬਰੇ ਪਰਸੋਂ ਘਟਿਆ ਪਾਣੀ ਨਾ। ਅੱਛਾ ਪਰਸੋਂ ਘਟਿਆ, ਪਹਿਲਾਂ ਤਾਂ ਮੈਨੂੰ ਲੱਗਦਾ ਡੈਮ ਹੀ ਖੁੱਲ੍ਹਾ ਛੱਡਿਆ ਸੀ ਹੈ ਨਾ। ਡੈਮ ਖੁੱਲ੍ਹਾ ਛੱਡਿਆ ਹੁਣ, ਅੱਛਾ ਡੈਮ ਦਾ ਪਾਣੀ ਮੈਨੂੰ ਲੱਗਦਾ ਇੱਧਰ ਆਇਆ ਜ਼ਿਆਦਾ, ਡੈਮ ਦਾ ਪਾਣੀ ਥੱਲੇ ਡਾਪ ਲੱਗਦੀ ਹੈ, ਡੈਮ ਦੀ ਕੰਨੋ ਖਿੰਡਾ ਨਾਲ ਖਿੰਡਾ ਨਾ। ਫਿਰ ਤੇ ਕਾਫੀ ਪੈ ਜਾਂਦਾ ਹਨਾ, 30 ਕਿਲੋਮੀਟਰ ਹੈ ਹੀ ਆ। ਅੱਛਾ ਅੱਛਾ, ਨਹੀਂ ਫਿਰ ਕਾਫੀ ਪੈ ਜਾਣਾ ਆਪਾਂ, ਕਿਉਂਕਿ ਆਪਾਂ ਬਟਾਲੇ ਆਏ ਫਿਰ ਦੂਰ ਲਾ ਆਪਾਂ ਹਨੇਰਾ ਆ ਜਾਣਾ। ਤੁਸੀਂ ਕੰਮ ਕਰੋ ਨਾ, ਤੁਸੀਂ ਦੇਖਣਾ ਨਾ ਝੀਲ ਦੇਖਣੀ ਹੈ ਨਾ, ਪਾਣੀ
ਸੋ ਚਲੀਏ ਨਾ ਪਿਆਰਾ ਵਾਪਸ ਹੋਈ ਆ ਨਾ ਹਾਂ ਉਹ ਉੱਪਰ ਜਾਣਾ ਉੱਪਰ ਚੌਂਕ 'ਚ ਜਾਣਾ ਨਾ ਜੀ ਲੈ ਸੱਜਾ ਜਾਣਾ ਥੱਲੇ ਹਾਂ ਜਿਹੜਾ ਉੱਪਰ ਚੌਂਕ ਅੱਗੇ ਚੌਂਕ ਆਉਣਾ ਨਾ ਦੁਕਾਨਾਂ ਦਾ ਹਾਂ ਸੱਜਾ ਘਿਰਨਾ ਉੱਪਰ ਹੀ ਅੱਛਾ ਉਹ ਰੋਡ 'ਤੇ ਹੀ ਨਿਕਲਣਾ ਉਹ ਜਿਹੜਾ ਬੂਟਾ ਉੱਪਰ ਉਹ ਮਕਾਨਾਂ ਦਾ ਕੰਡਾ ਗਲੂਆ ਦਾ ਛੱਤਰੀ ਛੱਤਰੀ ਬੁੱਕ ਦਾ ਬੁੱਕ ਲਵਾ ਨਾ ਇੰਨਾ ਕਰਾ ਹਾਂ ਉਹ ਬੂਟਾ ਜਿਹੜਾ ਉਹ ਸਕੂਲ ਦੇ ਨਾਲ ਕੰਨਿਆ ਇਸ ਬੂਟੇ ਲਾਗੀ ਚਲੀ ਜਾਣਾ ਇੱਥੇ ਬਾਟਸ ਫਲਾਈ ਹੈ ਨਾ ਅੱਛਾ ਅੱਛਾ ਇੱਥੇ ਚਲੀ ਜਾ ਇੱਥੇ ਪੁਲ ਬਲੂ ਵੀ ਆਣਾ ਸਾਰੀ ਝੀਲ ਵੀ ਆਣੀ ਅੱਛਾ ਉਹ ਸਾਰਾ ਕੁਲਾ ਝੀਲ ਹੈ ਸਭ ਝੀਲ ਵੀ ਆਣੀ ਅੱਛਾ ਪੂਰਾ ਲੋਕੇਸ਼ਨ ਆ ਜਾਏਗੀ ਪੂਰੀ ਆ ਕੰਨਿਆ ਉੱਚੀ ਜਗ੍ਹਾ ਬੰਦੀ ਆ ਹਾਂ ਹਾਂ ਅੱਜ ਤੇ ਸਾਡੇ ਨਾਲ ਤੇ ਸੁੱਖ ਨਾਲ ਧੱਕਾ ਹੀ ਹੋ ਗਿਆ ਯਾਰ ਅਸੀਂ ਆਖਿਆ ਚੱਲ ਇੱਥੇ ਬੋਟਿੰਗ ਬਾਟਿੰਗ ਕਰਾਂਗੇ ਬੋਟ ਤੇ ਮੈਂ ਝੂਟੇ ਝਾਟੇ ਲਵਾਂਗੇ ਜਿਹੜੀ ਬੋਟ ਬੜੀ ਵਧੀਆ ਆਪਣਾ ਪੱਤੀ 'ਤੇ ਚੱਲਦੀ ਬੰਨੇ ਤੇਲ 'ਤੇ ਚੱਲਦੀ ਜੇ ਕਿੱਦਾਂ ਆ ਮੈਂ ਕਿਹਾ ਉੱਥੇ ਝੂਟੇ ਝਾਟੇ ਲਵਾਂਗੇ ਇੱਥੇ ਤੇ ਚਿੜੀ ਨਹੀਂ ਫੜਕਣ ਦੀ ਨਾ ਗਾਂਹ ਜਾਣ ਦਿੰਦੇ ਅੱਗੇ ਦੇਖਣ ਵਾਸਤੇ ਕੱਖ ਵੀ ਨਹੀਂ ਹੈਗਾ ਇੱਥੇ ਅਜੇ ਨਾ ਆਏ ਹੋਏ ਅਜੇ ਕੋਈ ਬੋਟ ਬਾਟ ਨਹੀਂ ਚੱਲਣ ਦੀ ਕੋਈ ਨਹੀਂ ਯਾਰ ਐਵੇਂ ਪੈਸੇ ਪੁੱਟਣ ਵਾਲੀ ਗੱਲ ਆ ਰੋਡ ਰਾਡ ਸਾਹਿਬ ਨੱਪੇ ਗਏ ਇੱਧਰੋਂ ਦੇ ਆਖ ਗੱਡੀਆਂ ਲੰਘਦੇ ਆ ਆਹ ਪਾਰਕਿੰਗ ਆ ਜਿਹੜੀ ਸਾਰੀ ਗੱਡੀਆਂ ਵਾਸਤੇ ਸਭ ਰੋਡ ਰਾਡ ਬੰਦ ਹੋ ਗਿਆ ਇੱਧਰੋਂ ਜਿਹੜੇ ਆ ਔਖਾ ਜਿਹਾ ਕੰਮ ਸਾਰਾ ਹੀ ਕਹਿੰਦੇ ਵੀ ਪਾਣੀ ਜਿਹੜਾ ਨਹੀਂ ਆ ਉਹ ਤਾਂ ਤੱਕ ਚੜਿਆ ਸੀਗਾ ਪਾਣੀ ਹੁਣ ਤਾਂ ਸਾਰਾ ਸੁੱਕ ਗਿਆ ਤਿੰਨ ਦਿਨ ਹੋਏ ਕਿਤੇ ਅੰਕਲ ਕਹਿੰਦਾ ਤਿੰਨ ਦਿਨ ਹੋਏ ਪਾਣੀ ਸੁੱਕਿਆ ਥੱਕ ਗਏ ਚੰਡੀ ਵੜ ਦੀ ਆ ਕੀ ਹੈ ਤੁਸੀਂ ਹੁਣ ਟਿਚਰਾ ਕਰੋ ਘਰ ਕੇ ਬੜੀ ਔਰੇਂਜ ਪੱਗ ਬੰਨ ਗਿਆ ਇੱਥੇ ਸਾਰਾ ਪਾਣੀ ਚੜਿਆ ਪਿਆ ਲਾ ਲਿਆ ਵੀਰ ਪੱਗ ਪਾਣਾ ਵੀਰ ਕੋਈ ਗੱਲ ਨਹੀਂ ਮੈਚੀਆਂ ਚੱਲਦੀਆਂ ਰਹਿੰਦੀਆਂ ਵੀਰ ਉਹ ਗੱਲ ਨਹੀਂ ਹੁਣ ਮੈਂ ਅਜੇ ਨੀ ਕੋਈ ਫਾਇਦਾ ਮੈਚਿੰਗ ਕਰ ਲਈ ਫਿਰ ਕੀ ਹੋਗਾ ਭਾਈ ਅੱਜ ਮੈਚਿੰਗ ਕੀਤੀ ਅੱਜ ਦੇਣੀ ਹੋ ਜਾਣਗੇ ਹੈ ਉਹ ਜਾਣੇ ਹੁਣ ਕੀ ਕਰ ਸਕਦੇ ਫਿਰ ਬੜੇ ਇਕੱਠੇ ਜਾਣ ਡੇ ਤੁਰੇ ਤੇ ਹੁਣ ਅੱਡ ਅੱਡ ਹੋ ਗਏ ਨਾਲ ਹੀ ਹੈ ਸਹੀ ਗੱਲ ਸੈਲਫੀ ਲਓ ਵਧੀਆ ਹਾਂ ਚਲੋ ਲੈ ਬਈ ਇੱਧਰ ਤੇ ਹੋ ਗਿਆ ਜੇ ਧੱਕਾ ਹੈ ਟਾਇਰ ਪਾੜ ਗਿਆ ਆਹ ਵੇਖੋ ਇੱਥੋਂ ਟਾਇਰ ਦੀ ਨਾ ਬੁਰਕੀ ਨਿਕਲ ਗਈ ਨਾਲ ਹੀ ਜੋ ਵੱਜਿਆ ਨਾ ਪੇਜ ਇਹਦੇ ਵਿੱਚ ਅਤੇ ਭਾਅ ਜੀ ਇਹਦੀ ਇਹ ਵੀ ਆਪਾਂ ਨੂੰ ਨਵਾਂ ਮਿਲ ਸਕਦਾ ਉਹਦੇ ਉੱਤੇ ਇੰਸ਼ੋਰੈਂਸ 'ਤੇ ਟਾਇਰ ਮਿਲ ਜਾਣਾ ਹੈਂ ਜੋਗਾ ਮਿਲਣਾ ਕਿ ਹੋਣੇਗਾ ਇੰਸ਼ੋਰੈਂਸ ਹੈਗੀ ਆ ਜਿਹਨੂੰ ਕਹਿੰਦੇ ਉਹ ਕਰਾਓ ਨਾ ਚਲੋ ਠੀਕ ਇੰਨਾ ਵਧੀਆ ਨਹੀਂ ਹੋਇਆ ਘੁੰਮਣਾ ਟਾਇਰ ਪੈਂਚਰ ਹੋ ਗਿਆ ਬਸ ਰਸਤੇ ਦੇ ਵਿੱਚ ਯਕਦਮ ਹੀ ਆਵਾਜ਼ ਆਈ ਆ ਉਹ ਖੱਡਾ ਮਗਰੋਂ ਵੱਜਾ ਖੱਡੇ 'ਚ ਵੱਜਾ ਟਾਇਰ ਅਤੇ ਜਾਂ ਦੂਜਾ ਵੀਲ ਉਹ ਤਾਂ ਮੇਰੇ ਖਿਆਲ ਨਾਲ ਦੂਜੇ ਹੋਣਾ ਹੈ ਨਾ ਰੇਮੀ ਹੋਣਾ ਵੀਲ ਚੌਵੇਂ ਹੀ ਆ ਨਹੀਂ ਨਹੀਂ ਚੌਵੇਂ ਹੀ ਆ ਵੀਲ ਬਸ ਕੇ ਉਹ ਤਾਂ ਦੂਜਾ ਹੀ ਰਿਵਾੜ ਜਾਵੇ ਚੱਲ ਕੋਈ ਨਹੀਂ ਆਪਣੇ ਹੁਣ ਐਮਜੀ ਵਾਲਿਆਂ ਨੇ ਫੋਨ ਕੀਤਾ ਸਟੈਪਣੀ ਕਿੱਦਾਂ ਖੁੱਲਣੀ ਏਦਾਂ ਦਾ ਕਹਿੰਦੇ ਢਿੱਲਾ ਕਰੀ ਜਾ ਬਸ ਤੇ ਕਹਿੰਦੇ ਆਪਣੇ ਆਪ ਹੀ ਆ ਜਾਣੀ ਹੈ ਹੇਠਾਂ ਆ ਜਾਣੀ ਹੁਣ ਹੱਥ ਨਾ ਕਰੀਏ ਇਹਨੂੰ ਮੇਨ ਨਾਲ ਉੱਤੇ ਲਾ ਲਓ ਭੈੜੀ ਗੱਲ ਕੰਪਨੀ ਦੀ ਆਹ ਲੱਗਦੀ ਆ ਵੇਖ ਲੋ ਦੇਤਾ ਆ ਤੇ ਕਿਉਂਕਿ ਇਹਨਾਂ ਨੂੰ ਉਹ ਵੀਲ ਦੇਣਾ ਚਾਹੀਦਾ ਆ ਆਹ ਚੀਜ਼ ਇਹਨਾਂ ਦੇਤੀ ਆ ਜਿਹੜੀ ਟਰੇ ਜੀ ਆਹ ਇਹਦੇ ਤੇ ਵੀਲ ਸੋਹਣਾ ਲੱਗਦਾ ਹੁਣ ਬੇਕਾਰ ਜਿਹਾ ਆ ਵਿਆਹ ਕਿਦਾਂ ਲੱਗਣ ਲਈ ਚਲੋ ਇਹ ਆ ਵੀ ਜਿਵੇਂ ਆਏ ਆ ਟਾਇਰ ਨਾਲ ਮਿਲਿਆ ਸਰ ਗਿਆ ਹਨਾ ਇਸ ਗੱਲੋਂ ਵਧੀਆ ਵਾ ਹਾਂ ਕਹਿੰਦੀ ਸਰਵਿਸ ਸੈਂਟਰ ਫੋਨ ਕਰੋ ਵੀ ਤੁਹਾਡਾ ਟਾਇਰ ਜਿਹੜਾ ਇਹਨੇ ਗੱਡੀ ਦਾ ਪਾੜ ਗਿਆ ਹੁਣ ਉਦੋਂ ਜਦੋਂ ਫਟਿਆ ਸੀ ਉਦੋਂ ਕਰਨ ਲੱਗ ਪਈ ਹੁਣ ਥੋੜ੍ਹੀ ਜਿਹੀ ਗੱਡੀ ਤੋਰਾਂਗੇ ਨਾ ਫਿਰ ਉਹ ਮਤਲਬ ਆਪਸ਼ਨ ਜਿਹੜੀ ਉੱਡ ਜਾਣੀ ਹੈ ਚੱਲ ਗਏ ਮੈਨੂੰ ਲੱਗਦਾ ਸਟੱਪਣੀ ਕਰਕੇ ਆਉਂਦਾ ਰਹਿਣਾ ਖਣੀ ਉਹ ਹੈ ਨਾ ਹੁਣ ਆਪਣੀ ਇੱਥੋਂ ਦੀ ਹੈਗੀ ਹੈ ਵਾਪਸੀ ਨਾ ਹੀ ਅੱਗੇ ਨਾ ਹੀ ਅੱਗੇ ਟਾਇਰ ਪਾੜ ਗਿਆ ਇੱਕ ਪਰ ਇੰਸ਼ੋਰੈਂਸ ਦਾ ਫਾਇਦਾ ਵੀ ਫਿਕਰ ਰਹਿੰਦਾ ਬੰਦਾ ਵਾ ਵੀ ਚੇਂਜ ਹੋ ਜਾਣਾ ਟਾਇਰ ਵੀ ਕੋਈ ਚੱਕਰ ਵਾਲੀ ਗੱਲ ਨਹੀਂ ਮੈਂ ਨਾ ਆਪਣੇ ਪੁੱਤ ਨੂੰ ਨਾ ਚੀਜ਼ੀ ਖਾਊਂਗਾ ਚੀਜ਼ੀ ਖਾਣੀ ਮੇਰੇ ਪੁੱਤ ਨੇ ਮੇਰੇ ਕੋਲ ਖੁਸ਼ ਰਹਿੰਦਾ ਹੈ ਅੰਮੀ ਨੂੰ ਸਤਾਉਂਦਾ ਆਪਣੀ ਮੇਰੇ ਨਾਲ ਖੁਸ਼ ਰਹਿੰਦਾ ਮੇਰੇ ਨਾਲ ਮੈਨੂੰ ਨਹੀਂ ਮਾਸਾ ਸਤਾਉਂਦਾ ਮੇਰੇ ਕੋਲ ਅੱਗੇ ਵੀ ਬਹਿ ਜੂਗੀ ਨਾ ਇਹਨੇ ਕੋਈ ਨਹੀਂ ਛੇੜਖਾਨੀ ਨਹੀਂ ਸਟੇਅਰਿੰਗ ਨਾ ਕਰਨੀ ਚੁੱਪ ਕਰਕੇ ਮਸਤ ਹੋ ਕੇ ਬੈਠੀ ਰਹਿਣਾ ਬਸ ਇਹਨੇ ਸਟੇਅਰਿੰਗ ਵੱਲ ਵੇਖੀ ਜਾਣਾ ਵੀ ਪਾਪਾ ਕੀ ਕਰੀ ਜਾਂਦੇ ਸਟੇਅਰਿੰਗ ਨੂੰ ਘੁਮਾਈ ਜਾਂਦੇ ਕਦੇ ਇੱਧਰ ਨੂੰ ਕਦੇ ਇੱਧਰ ਨੂੰ ਜ਼ਿਆਦਾ ਤੰਗ ਨਹੀਂ ਕਰਨਾ ਅਤੇ ਮਗਰ ਤੰਗ ਬੜਾ ਕਰਦੀ ਸੰਦੀਪ ਹੁਣਾਂ ਨੂੰ
ਤੇ ਹੁਣ ਇੱਥੇ ਖਾਵਾਂਗੇ ਆਪਾਂ ਬੰਦ ਛੋਲੇ ਜੇ ਤੇ ਉਧਰੋਂ ਭਾਜੀ ਹੁਣ ਲੈਣ ਵਾਸਤੇ ਗਏ ਨੇ ਪਤਾ ਨਹੀਂ ਕੋ ਖਵਾ ਕੇ ਕੀ ਚੀਜ਼ ਲੈਣ ਵਾਸਤੇ ਗਏ ਨੇ ਉੱਧਰ ਬਾਹਰ ਤੇ ਅਸੀਂ ਪਠਾਨਕੋਟ ਆਣ ਕੇ ਰੁਕੇ ਹੋਏ ਹਾਂ ਹਾਂਜੀ ਪੁੱਤ ਕੀ ਵੇਂਦਾ ਫੋਨ ਵੱਲ ਹੀ ਵੇਖੀ ਜਾਣਾ ਪੁੱਤ ਨੇ ਕੋਈ ਗੱਲ ਨਹੀਂ ਕਰਨੀ ਸਾਰਿਆਂ ਨੂੰ ਬੁਲਾਓ ਕਹੋ ਹਾਂਜੀ ਕੀ ਹਾਲ ਮੈਂ ਠੀਕ ਹਾਂ ਕਹੋ ਕਹੋ ਮੈਂ ਠੀਕ ਹਾਂ ਤੁਸੀਂ ਸੁਣਾਓ ਕੀ ਹਾਲ ਆ ਏਦਾਂ ਬਸ ਮੇਰੇ ਕੋਲ ਆਣ ਕੇ ਮਸਤ ਰਹਿੰਦੀ ਪੁੱਤ ਮੇਰੇ ਕੋਲ ਆਣ ਕੇ ਮਸਤ ਰਹਿੰਦਾ ਜੇ ਮੈਂ ਫਿਰ ਕਹਾਂ ਨਾ ਜਾ ਛੋਣਾ ਕਾਕਾ ਬੜਾ ਛੋਣਾ ਫਿਰ ਮੱਛਰ ਦਾ ਵੇਖਿਓ ਹੁਣ ਹਰਗੁਣ ਹਰਗੁਣ ਯਾਤਰਾ ਸਿਸਟਮ ਜਿਹਾ ਸਾਰਾ ਕਿੱਥੇ ਡੁੱਲਿਆ ਵਾ ਬਾਬਾ ਟਿਸ਼ੂ ਦੇ ਆ ਇੱਕ ਦੋ ਟਿਸ਼ੂ ਆ ਗਏ ਆ ਵੇਖੋ ਬੰਦ ਛੋਲੇ ਤੇ ਇੱਧਰ ਭਾਜੀ ਨੇ ਲੈ ਕੇ ਆ ਖੁੱਲਮਕਾ ਜਾ ਕੀ ਆ ਇਹ ਫੈਂਟਾ ਵਾ ਕੀ ਆ ਫੈਂਟਾ ਵਧੀਆ ਚੀਜ਼ ਪਾਪਾ ਜੀ ਬੰਦ ਬੜੇ ਘੈਂਟ ਬਣਾਉਂਦੇ ਆ ਤੇ ਮੈਂ ਚੱਲ ਇੱਕ ਹੋਰ ਖਾ ਲਈਏ ਇੱਕ ਹੋਰ ਕਰ ਦਿਓ ਪਾਪਾ ਜੀ ਮਿਰਚਾਂ ਨੇ ਚੰਗਿਆੜੇ ਕੱਢੇ ਪੂਰੇ ਹੈ ਪਾਪਾ ਬਤੀਲੀ ਜੀ ਦੇ ਵਿੱਚ ਨਹੀਂ ਰੱਖਦੇ ਅੱਛਾ ਇਹ 'ਚ ਵੀ ਰੱਖਦੇ ਜੀ ਹਨਾ ਓਏ ਉਹਨੂੰ ਦੇ ਦਿਓ ਖਾਂ ਇੱਕ ਮੈਂ ਖਾਊਂਗਾ ਰਾਜਵੀਰ ਜਾਂਦੇ ਵੀ ਉਹਦਾ ਗਾਣਾ ਬਹੁਤ ਸੋਹਣਾ ਆਪਾਂ ਪੱਕੇ ਪੈਰੀ ਪੰਜਾਬ ਨੂੰ ਛੱਡ ਕੇ ਨਾ ਜਾਈਏ ਬਹੁਤ ਵਧੀਆ ਇੱਕ ਵਾਰ ਸਰ ਗਾਣੇ ਜ਼ਰੂਰ ਸੁਣੇ ਆ ਵੇਖੋ ਛੱਡ ਕੇ ਨਾ ਜਾਈਏ ਬਹੁਤ ਸੋਹਣਾ ਛੱਡ ਕੇ ਨਾ ਜਾਈਏ ਬਹੁਤ ਵਧੀਆ ਹਨੇਰਾ ਜਿਹੜਾ ਆ ਉਹ ਤਾਂ ਕਾਫੀ ਜ਼ਿਆਦਾ ਹੋ ਗਿਆ ਹੁਣ ਆਪਾਂ ਨੂੰ ਬਸ ਪਹੁੰਚ ਹੀ ਗਏ ਹੋਰ ਵੱਧ ਤੋਂ ਵੱਧ 10 ਕੁ ਮਿੰਟ ਤੱਕ ਆਪਾਂ ਜਿਹੜਾ ਨਹੀਂ ਬਟਾਲੇ ਪਹੁੰਚ ਜਾਣਾ ਆ ਚੱਲ ਗਏ ਭਾਅ ਜੀ ਹੁਣ ਮੈਂ ਗਿਆ ਸੀ ਥੋੜ੍ਹਾ ਜਿਹਾ ਕੰਮ ਅਤੇ ਮੇਰੇ ਆਉਂਦੇ ਨੇ ਭਾਅ ਜੀ ਹੁਣੀ ਚਲ ਗਏ ਮੈਂ ਤਾਂ ਅੱਖਾਂ ਰਾਤ ਰਹਿਣਗੇ ਪਰ ਕਹਿੰਦੇ ਮਾਸੀ ਹੁਣਾਂ ਦਾ ਫੋਨ ਆਇਆ ਉਹ ਕਹਿੰਦੇ ਆ ਵੀ ਆ ਜਾਓ ਘਰੇ ਅਤੇ ਫਿਰ ਉਹ ਚੜ ਗਏ ਨੇ ਘਰੇ ਵਾਪਸ ਇੱਧਰ ਆ ਗਈ ਆ ਫਲੈਕਸ ਇਹ ਤੁਹਾਨੂੰ ਭਾਅ ਜੀ ਹੁਣੇ ਕਢਵਾਈ ਹੈਗੀ ਵਾਲਪੇਪਰ ਅਤੇ ਕਹਿੰਦੇ ਵੀ ਕਢਾ ਦਿਓ ਜੀ ਦੀ ਵੀਰੇ ਕਿਉਂਕਿ ਆਪਾਂ ਬਾਬਾ ਜੀ ਦੇ ਕਮਰੇ 'ਚ ਲਾਉਣਾ ਹੈ ਅਤੇ ਉਹਨਾਂ ਨੇ ਲਾਉਣਾ ਸੀਗਾ ਅਤੇ ਮੈਂ ਕਿਹਾ ਚਲੋ ਲਾਗ ਤਾਂ ਆਪਾਂ ਹੀ ਦੇਣਾ ਵੈਸੇ ਆਪਣਾ ਮਤਲਬ ਭਾਅ ਜੀ ਹੁਣਾਂ ਦਾ ਕੰਮ ਹੀ ਤਾਂ ਉਹਨਾਂ ਕਢਵਾ ਲਿਆ ਸੋ ਜੀ ਅੱਜ ਦਾ ਵਲੋਗ ਤੁਹਾਨੂੰ ਵਧੀਆ ਲੱਗਾ ਲਾਈਕ ਨੂੰ ਸ਼ੇਅਰ ਜ਼ਰੂਰ ਕਰਿਓ ਅਤੇ ਚੈਨਲ ਨੂੰ ਸਾਰੇ ਜਾਣੇ ਕਰ ਦਿਓ ਸਬਸਕ੍ਰਾਈਬ ਮਿਲਦੇ ਹਾਂ ਨੈਕਸਟ ਵਲੋਗ 'ਚ ਵਧੀਆ ਜਿਹਾ ਵਲੋਗ ਲੈ ਕੇ ਤਦ ਤੱਕ ਲਈ ਬਾਏ ਬਾਏ ਸਤਿ ਸ਼੍ਰੀ ਅਕਾਲ ਅਤੇ ਜਿਹੜੇ ਫੇਸਬੁੱਕ 'ਤੇ ਵਲੋਗ ਨਹੀਂ ਦੇਖਦੇ ਫੇਸਬੁੱਕ ਪੇਜ ਨੂੰ ਜ਼ਰੂਰ ਫੋਲੋ ਕਰਿਓ ਸਾਰੇ ਜਾਣੇ